ਇੱਕ ਤਰ੍ਹਾਂ ਦੀ ਗੱਲ ਹੈ, ਸੜਕ ਬਣਦੀ ਪਈ ਸੀ ਅਤੇ ਉਹ ਟ੍ਰੈਫਿਕ ਜਾਮ ਹੋਈ ਪਈ, ਅਤੇ ਸਿਪਾਹੀ ਆਪਣੇ ਹੱਥ ਦੇ ਇਸ਼ਾਰਿਆਂ ਨਾਲ ਟ੍ਰੈਫਿਕ ਇੱਕ ਇੱਧਰੋਂ ਕੰਟਰੋਲ ਕਰਦਾ ਸੀ, ਕਦੀ ਉੱਧਰੋਂ ਕੰਟਰੋਲ ਕਰਦਾ ਸੀ, ਜਿਹੜੀਆਂ ਪੈਦਲ ਸਵਾਰੀਆਂ ਸੀ ਉਹਨਾਂ ਨੂੰ ਵਾਰੀ ਵਾਰੀ ਲੰਘਾਉਂਦਾ ਸੀ। ਇਹ ਕੀ ਹੋਇਆ, ਇੱਕ ਕੋਈ 70-75 ਸਾਲ ਦੀ ਮਾਈ, ਉਹ ਵਿਚਾਰੀ ਬਿਨਾਂ ਅੱਗਾ ਪਿੱਛਾ ਵੇਖਿਆ ਸੜਕ ਦੇ ਵਿੱਚ ਦੀ ਪਾਰ ਕਰਨ ਲੱਗ ਪਈ। ਸਿਪਾਹੀ ਇਹਨਾਂ ਨੂੰ ਬੜੀਆਂ ਆਵਾਜ਼ਾਂ ਮਾਰੀਆਂ, ਬੜੀਆਂ ਸੀਟੀਆਂ ਮਾਰੀਆਂ, ਪਰ ਰੁਕੀ ਨਾ। ਉਹ ਭੱਜ ਕੇ ਉਹਦੇ ਮਗਰ ਗਿਆ, ਉਹਨੂੰ ਜਾ ਕੇ ਕਹਿੰਦਾ, ਬੇਬੇ ਤੂੰ ਥੱਲੇ ਆਉਣਾ ਸੀ, ਤੈਨੂੰ ਪਤਾ ਨਹੀਂ ਟ੍ਰੈਫਿਕ ਜਾਮ ਹੋਇਆ, ਮੈਂ ਇੰਨੀਆਂ ਸੀਟੀਆਂ ਮਾਰੀਆਂ, ਤੂੰ ਰੁਕੀ ਕੋਈ ਨਹੀਂ। ਅਤੇ ਬੇਬੇ ਅੱਗੋਂ ਕਹਿੰਦੀ, ਵੇ ਪੁੱਤ ਕੀ ਦੱਸਾਂ, ਜਦੋਂ ਜਵਾਨ ਹੁੰਦੀ ਸੀ ਮੈਂ ਤਾਂ ਇੱਕੋ ਸੀਟੀ 'ਤੇ ਰੁਕ ਜਾਂਦੀ ਸੀ।